ਕਿੱਥੇ ਆ ਉਹ ਖੜੇ ਨੇ ਤਾਹਾਂ ਕਰਦੇ ਅਸਮਾਨੀ ਚੰਗਾ ਉਧਰ ਨੂੰ ਨਾ ਮਰ ਇੱਕ ਮਿਹਰ ਬਹੁਤ ਇੱਕ ਬਹੁਤ ਤਾਹਾਂ ਕਰਦੀ ਅਸਮਾਨੀ ਬਸ ਆਪ ਹੀ ਭੱਜਣਗੇ ਉਧਰ ਨੂੰ ਛੱਡ ਜਾ ਨਾ ਨਾ ਉਧਰ ਨੂੰ ਨੀ ਬੱਚੇ ਬੁੱਝੇ ਰੱਖਦਾ ਰਾਜਸਥਾਨ ਤਾਹਾਂ ਨੂੰ ਕਰਦੇ ਸਾਰੀ ਮੱਕੀ ਖਾ ਜਾਂਦੇ ਸਾਡੀ ਯਾਰ ਬਾਬੇ ਯਾਰ ਭੈਣ ਚੋ ਅਸੀਂ ਮਾਰਨਾ ਨੀ ਚਾਹੁੰਦੇ ਰੋਜ ਰੋਜ ਵਾਲੇ ਰੋਜ ਨੇ ਹੈਲੋ ਸਾਰੀ ਮੱਕੀ ਖਾ ਜਾਂਦੇ ਸਾਡੀ ਕਿਲੋ ਬਰੂਦ ਲੈ ਕੇ ਛਾਣਾ ਦੇ ਦਾਂਗੇ ਆਲੇ ਦੁਆਲੇ ਕੱਲ ਨੂੰ ਜਾਣਾ ਜੀ ਕੱਲ ਨੂੰ ਮਿਲਣ ਜਾਣਾ ਜੀ ਕੱਲ ਨੂੰ ਚਲੋ ਆਜੋ 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 ਮੈਂ ਤਾਂ ਕਹਿਣਾ ਕਹਿਣਾ ਇਹਨਾਂ ਨੂੰ ਫੈਰ ਮਾਰਦਾ ਕੋਈ ਫਿਰਦਾ ਨਹੀਂ ਰੋਜ਼ਾਂ ਨੂੰ ਲਿਆ ਕੇ ਆਪਾਂ ਰੱਸੇ ਨਾਲ ਬੰਨੋ ਬੰਨ ਕੇ ਲਿਆ ਕੇ ਇਹਨਾਂ ਦੀ ਮਾਰੋ ਧਰ ਕੇ ਨਾ ਗਲਤ ਕੰਮ ਨੀ ਕਰਨਾ ਜਾਨਵਰਾਂ ਨਾਲ ਜਾਨਵਰਾਂ ਨਾਲ ਗਲਤ ਕੰਮ ਕਰਨਾ ਮਾੜੀ ਗੱਲ ਫਿਰ ਹੋਰ ਤਾਂ ਕੋਈ ਹੱਲ ਨੀ ਆਪਣੀ ਮੱਕੀ ਸਾਰੀ ਖਾ ਜਾਂਦੇ ਸਾਰੇ ਭੈਣ ਚੋ ਸਾਰੀ ਸਬਜ਼ੀ ਖਾ ਗਈ ਹੁਣ ਕੀ ਕਰੀਏ ਫਿਰ ਹੁਣ ਇਹ ਗੱਲ ਤਾਂ ਕਰੀ ਠੀਕ ਆ ਬੱਚਾ ਹੱਲ ਦੱਸ ਡੀਸੀ ਕੋਲ ਚੱਲੀਏ ਫਿਰ ਚਲੋ ਯਾਰ ਡੀਸੀ ਨੂੰ ਕੀ ਕਹਾਂਗੇ ਯਾਰ ਸਾਡਾ ਕੋਈ ਇਹਦਾ ਹੱਲ ਕਰਕੇ ਦੇ ਭਾਈ ਹਾਂ ਨਹੀਂ ਫਿਰ ਨਹੀਂ ਫਿਰ ਕੀ ਨਹੀਂ ਫਿਰ ਫਾਇਰ ਹੈਗੇ ਨੇ ਪੈਰ ਨੀ ਰੱਸੇ ਨਾਲ ਬੰਨ ਕੇ ਮਾਰਨੇ ਨੀ ਹੈਗੇ ਆਪਾਂ ਮਾਰਦੇ ਬੰਨ ਕੇ ਰੱਸੇ ਨਾਲ ਇਹਨਾਂ ਦੀ ਮਾਰੋ ਰੋਜ਼ਾ ਦਾ ਕੋਈ ਹੱਲ ਨੀ ਹੁਣ ਹੱਲ ਤਾਂ ਕੀ ਕਰੀਏ ਰੋਜ਼ਾ ਦਾ ਇਹਦਾ ਹੱਲ ਕੀ ਆ ਯਾਰ ਕੀ ਕਰਾਂ ਇਹਦਾ ਇੱਕੋ ਇੱਕ ਹੱਲ ਹੈਗਾ ਦੱਸੋ ਐ ਕਰ ਬਰੂਦ ਦੇ ਮੁਸਕ ਨਾਲ ਤਾਂ ਨੀ ਭੱਜਦੇ ਅੱਛਾ ਭੱਜਦੇ ਤੇ ਪੱਦਵਰ ਵਾਲਾ ਚਾਰ ਇੱਥੇ ਭੈਣ ਦੀ ਬੰਦੀ ਰੋਜ਼ ਖੜੇ ਮੱਕੀ ਦੇ ਚਾਰੇ ਖੁੰਝ ਜਾਂਦੇ ਮਹਾ ਪੰਡ ਦੇ ਦੋ ਪੱਦਵਰ ਵਾਲੇ ਤਾਂ ਰੋਜ਼ ਬੇਹੋਸ਼ ਹੋ ਕੇ ਡਿੱਗੇ ਪੱਦਾਂ ਦੀ ਬਾਸ਼ਨਾ ਗੰਦੀ ਹੁੰਦੀ ਆ ਵੀਰੋ ਭਰਾ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਕਰਨੀ ਹੈ ਖਾਸ ਕਰਕੇ ਮੇਰੇ ਬਾਹਰਲੇ ਭਰਾ ਕੈਨੇਡਾ ਵਾਲੇ ਠੀਕ ਆ ਨਾ ਗੱਲ ਟੋਰਾਂਟੋ ਸਾਡੇ ਥੋੜੇ ਮੋਟੇ ਲਿੰਕ ਹੈਗੇ ਨੇ ਸਾਡੇ ਬ੍ਰੈਂਪਟਨ ਚ ਲਿੰਕ ਨਹੀਂ ਹੈਗੇ ਵੀਰੋ ਇੱਕ ਨਾ ਕੁੜੀ ਨੂੰ ਜੋਬ ਦਵਾਉਣੀ ਹੈ ਕੁੜੀ ਨੂੰ ਵਿਚਾਰੀ ਨੂੰ ਸਾਡੀ ਠੀਕ ਹੈ ਨਾ ਗੱਲ ਸਾਡੀ ਬੱਚੀ ਆ ਉਹਨੂੰ ਜੋਬ ਨਹੀਂ ਮਿਲੀ ਸਾਨੂੰ ਕਾਫੀ ਵਾਰੀ ਮੈਸੇਜ ਆ ਗਏ ਕਹਿੰਦੀ ਵੀਰੇ ਕਹਿੰਦੀ ਸਟੋਰੀਆਂ ਪਾਓ ਤੇ ਮੇਰੇ ਭਰਾਵਾਂ ਨੂੰ ਬੇਨਤੀ ਆ ਜ਼ਰੂਰੀ ਹੱਥ ਬੰਨ ਕੇ ਬ੍ਰੈਂਪਟਨ ਵਾਲੇ ਵੀਰੋ ਕੋਈ ਵੀ ਕਿਤੇ ਜੋਬ ਆ ਠੀਕ ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਮੈਂ ਕੁੜੀ ਨੂੰ ਸਟੋਰੀ ਟੈਗ ਕਰੂੰਗਾ ਉਹਨੂੰ ਮੈਸੇਜ ਕਰਕੇ ਦੱਸੋ ਉਹਨੂੰ ਜੋਬ ਜ਼ਰੂਰ ਦਵਾਓ ਮੇਰੇ ਭਰਾਵਾਂ ਨੂੰ ਬਾਹਰਲੇ ਕੈਨੇਡਾ ਵਾਲਿਆਂ ਨੂੰ ਬੇਨਤੀ ਹੈ ਵੀਰ ਬਣ ਕੇ ਇੱਕ ਮੇਰੀ ਬੇਨਤੀ ਹੋਰ ਆ ਉਈ ਫੁੱਦੂ ਜਿਹਾ ਗੱਲਾਂ ਖਾਤਰ ਮੈਸੇਜ ਨਾ ਕਰਿਓ ਕਿਤੇ ਕੁੜੀ ਨੂੰ ਵਿਚਾਰੇ ਨੂੰ ਠੀਕ ਆ ਉਈ ਖੱਜਲ ਖਵਾਰ ਕਰ ਜਾਊਂ ਆਪਣੀ ਭੈਣ ਵੀ ਹੋ ਸਕਦੀ ਆ ਉਹਨੂੰ ਵਿਚਾਰੇ ਨੂੰ ਜੋਬ ਦੀ ਬਹੁਤ ਹੀ ਜ਼ਰੂਰਤ ਆ ਮੇਰੇ ਭਰਾ ਬਣ ਕੇ ਤੇ ਉਈ ਵਾਧੂ ਮੈਸੇਜ ਨਾ ਕਰਿਓ ਵਾਧੂ ਵੀ ਫੋਲੋ ਕਰਨ ਖਾਤਰ ਨਾ ਮੈਸੇਜ ਕਰਿਓ ਖਾਸ ਕਰਕੇ ਜ਼ਰੂਰੀ ਗੱਲ ਹੈ ਮੇਰੇ ਭਰਾਵਾਂ ਨੂੰ ਬੇਨਤੀ ਹੈ ਉਹ ਬੰਦੇ ਮੈਸੇਜ ਕਰਿਓ ਜਿਹੜੇ ਉਹਨੂੰ ਜੋਬ ਦਵਾ ਸਕਦੇ ਨੇ ਜਿਹੜਾ ਉਹਦਾ ਕੰਮ ਕਰ ਸਕਦੇ ਨੇ ਜਿਹੜਾ ਬੰਦਾ ਉਹਦਾ ਕੋਈ ਜੋਬ ਵਾਲਾ ਕੰਮ ਕਰੂ ਅਸੀਂ ਉਹਦਾ ਬੰਦੇ ਦਾ ਕੋਈ ਵੀ ਕੰਮ ਕਰ ਸਕਦਾ ਬ੍ਰੈਂਪਟਨ 'ਚ ਜੋਬ ਦੀ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਅਤੇ ਵੀਰ ਬਣ ਕੇ ਕਰਿਓ ਉਹਦਾ ਕੰਮ ਜ਼ਰੂਰ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਵੀਰਾਂ ਨੂੰ ਹਾਸੀ ਮਜ਼ਾਕ ਤਾਂ ਵੀਰੋ ਆਪਾਂ ਕਰਦੇ ਰਹਿਣਾ ਸੀਰੀਅਸ ਲੋਕਾਂ ਦੇ ਕੰਮ ਵੀ ਹੋਣੇ ਜ਼ਰੂਰੀ ਨੇ ਆਪਣਾ ਚੱਲ ਇੱਕ ਚੈਨਲ ਹੀ ਆ ਕਿਸੇ ਦਾ ਕੋਈ ਫਾਇਦਾ ਹੋਜੂਗਾ ਬਹੁਤ ਚੰਗੀ ਗੱਲ ਹੈ ਜਿਹੜਾ ਬੰਦਾ ਜੋਬ ਦਵਾਊਗਾ ਉਹ ਬੰਦੇ ਦਾ ਕੀ ਕਰਾਂਗੇ ਰਾਬੜ ਦਾ ਕੱਪ ਨੀ ਚੱਲ ਯਾਰ ਉਹ ਬੰਦੇ ਦਾ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਜਿਹੜਾ ਬੰਦਾ ਸਾਡੀ ਉਹ ਕੁੜੀ ਨੂੰ ਜੋਬ ਦਵਾਊਗਾ ਬ੍ਰੈਂਪਟਨ 'ਚ ਕੰਮ ਦੀ ਲੋੜ ਹੀ ਨਹੀਂ ਆਪਣੇ ਬੰਦੇ ਤੱਕ ਵਧੇਰੇ ਬਾਬੇ ਕੰਮ ਜ਼ਰੂਰ ਦਵਾਉਣਾ ਠੀਕ ਹੈ ਜੇ ਨਾ ਕੰਮ ਦਵਾਇਆ ਫਿਰ ਆਪਾਂ ਇੱਕ ਹੋਰ ਪ੍ਰੋਜੈਕਟ ਉਹ ਲਾਵਾਂਗੇ ਅਸਲ ਵਿੱਚ ਦਵਾ ਦੇਣਗੇ ਉਹਦਾ ਸਟੋਰੀ ਪਾਵਾਂਗੇ ਧੰਨਵਾਦ ਕਰਾਂਗੇ ਬੰਦੇ ਜਿਹਨੇ ਕੰਮ